ਨਵੀ ਪੁੱਤ ਸਾਰਾ ਦਿਨ ਹੀ ਫੋਨ ਚੱਕਾਂ ਗੱਡੀ ਰੱਖ ਜਾਂਗਾ। ਤੇਰੇ ਸਕੂਲ ਦਾ ਕੰਮ ਵੀ ਕਰ ਲਿਆ ਕਰ। ਮੰਮੀ ਮੈਂ ਕੌਣ ਸਹਿ ਤੇ ਗੇਮ ਖੇਡਦਾ, ਇਹਦੇ ਸਕੂਲ ਦਾ ਕੰਮ ਤਾਂ ਦੇਖ ਰਿਹਾ। ਉੱਤੋਂ ਰੱਬ ਵੀ ਇਹੋ ਜਿਹਾ ਹੋ ਗਿਆ, ਪਾਪੀਆਂ ਨੂੰ ਸਜ਼ਾ ਵੀ ਨਹੀਂ ਦਿੰਦਾ। ਆਪਾਂ ਨੂੰ ਤਾਂ ਨਹੀਂ ਭਰਾਵਾ ਕੋਰਟ ਕਚਹਿਰੀਆਂ ਦੇ ਚੱਕਰ ਕੱਟੇ ਜਾਂਦੇ। ਨਾ ਨਾ ਪਾਣੀ ਪੂਣੀ ਦਾ ਲੋੜ ਹੀ ਨਹੀਂ, ਮੈਂ ਸੋਚਦਾ ਤੇਰੀ ਬਿਜਲੀਆਂ ਲਵਾ ਲਿਆ, ਤੇਰਾ ਜਿਆ ਦਿਮਾਗ ਖਰਾਬ ਹੋਇਆ। ਕੋ ਕਿਹਨੇ ਰੁੱਖ ਲਾਏ ਉਹ ਵੱਢੂਗਾ ਵੀ। ਸਾਡੇ ਟੀਚਰ ਵੀ ਕਹਿੰਦੇ ਆ ਨਿਵਾਣਾ ਨੂੰ ਅੱਗ ਨਹੀਂ ਲਾਉਣੀ ਚਾਹੀਦੀ, ਉਹਨੇ ਨਾਲੇ ਤਾਂ ਪੋਲਿਊਸ਼ਨ ਹੁੰਦਾ ਨਾਲੇ ਧਰਤੀ ਬੰਜਰ ਹੁੰਦੀ ਆ। ਮੈਂ ਅਗਲੇ ਦੋਟਿਆਂ ਦੇ ਨਾ ਚੱਕਾ ਧਰਨੀ ਆ ਹਜੇ। ਜੇ ਮੈਂ ਜਿਉਂਦਾ ਰਹੇਗਾ ਤੇ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਤੈਨੂੰ ਭੁਗਤਣਾ ਵਿਖਾ ਦੇਣੀ। ਜੇ ਪਿਓ ਦਾ ਕੁੱਤਾ ਨਾ ਤੇਰਾ ਜੱਗ ਲਾ ਦੀ ਹਟੀ ਨਾ ਅੱਜ, ਅਸੀਂ ਮਾਂ ਪੁੱਤ ਵੀ ਅੱਜ ਪੁਰਾਣੀ ਦੇ ਨਾਲ ਹੀ ਮੱਚਾਂਗੇ। ਬਸ ਇਹਦਾ ਕੀ ਕਸੂਰ ਆ ਵਿਚਾਰੇ ਜਵਾਕ ਦਾ ਲੈ ਕੇ ਬੈਠ ਗਈ ਆ ਕੇ। ਤੇ ਆਹ ਜਿਹੜੀ ਧਰਤੀ ਤੁਹਾਡੇ ਵਰਗੇ ਬੇਗੁਰਾਂ ਨੂੰ ਵੀ ਪਾਲਦੀ ਆ ਤੇ ਹਜ਼ਾਰਾਂ ਕਰੋੜਾਂ ਜੀਵ ਜੰਤੂਆਂ ਨੂੰ ਪਾਲਦੀ ਆ, ਇਹਦਾ ਕੀ ਕਸੂਰ ਆ? ਧਰਤੀ ਬਚਾਉਣੀ ਆਪਦਾ ਆਪ ਬਚਾਉਣਾ ਬਹੁਤ